ਰੋਟੀ ਪਲੇਟ ਚ ਖਾਂਦਾ ਕਿ ਪੱਤਲ ਤੇ ਖਾਂਦਾ ਕਿਆ ਪਤਾ ਚੂੜੀਆਂ ਲੈਂਦਾ ਹੋਏ ਕੀਮਤ ਤਾਂ ਮੇਰੀ ਤੁਹਾਡੇ ਨਾਲ ਭਰਾ ਨੇ ਤੁਸੀਂ ਖੜੇ ਹੋ ਤਾਂ ਮੇਰੀ ਕੀਮਤ ਨੀ ਕੋਈ ਕੀਮਤ ਨੀ ਪਾਵਲ ਕਬੜੀਆਂ ਮੈਂ ਥੋੜਾ ਸੇਵਾਦਾਰ ਹਾਂ ਬੋਲਾ ਜਿਹਾ ਬੰਦਾ ਮੈਂ ਵੀ ਸਦਾ 2 ਲੱਖ ਰੁਪਈਆ ਬਾਈ ਜੀ ਘੱਟ ਵੱਧ ਜਮਾ ਨੀ 2 ਲੱਖ ਪੂਰਾ ਬਾਬੂ ਜੀ 2 ਲੱਖ ਮੰਗਦਾ ਸਾਰੀਆਂ ਗੱਲਾਂ ਛੱਡ ਭਾਈ ਦਾਣੇ ਖਾਂਦਾ ਹੋਏ ਫਿਰ ਇਹਨੂੰ ਤਾਂ ਜੋ ਮਰਜ਼ੀ ਖਵਾਲਾ ਦਾਣੇ ਖਵਾਲਾ ਪਟਕੋ ਰਾਜੂ ਦੱਸਦਾ ਸਾਰਾ ਕੰਮ ਫਿਰ ਇਹ ਕੀ ਪਤਾ ਕਿ ਉਹਦੀਆਂ ਪਿੰਨੀਆਂ ਖਾਂਦਾ ਹੋਵੇ ਰੋਟੀ ਪਲੇਟ ਚ ਖਾਂਦਾ ਕਿ ਪੱਤਲ ਤੇ ਖਾਂਦਾ ਕਿਆ ਪਤਾ ਚੂੜੀਆਂ ਲੈਂਦਾ ਹੋਏ ਕਿਵੇਂ ਕਰੀਏ ਹੁਣ ਸਿੰਧ ਪਸੰਦ ਤਾਂ ਹੈ ਹੀ ਦੇਖਦਾ ਨਹੀਂ ਘਰੇ ਜਾ ਵੜਿਆ ਲੋਕੀ ਦੂਰੋਂ ਦੂਰੋਂ ਦੇਖਣ ਆਉਣਗੇ ਬਾਈ ਬੱਕਰਾ ਲੈ ਗਿਆ ਸਾਡੇ ਲੋਕਾਂ ਨੇ ਬਾਹਰ ਭੰਨਦੇ ਬੱਕਰਾ ਵੇਖਣ ਲੱਗਿਆ ਨੇ ਜਿਹੜਾ ਆਉਂਦਾ ਉਹੀ ਭੰਨ ਖੋਲਦਾ ਬੱਕਰਾ ਖੋਲੋ ਬੱਕਰਾ ਖੋਲੋ ਮੂਡ ਬਣੇ ਦੀ ਗੱਲ ਤੇਰੀ ਗੱਲ ਨੂੰ ਸੁਣਦੇ ਪੱਕੀ ਗੱਲ ਪਰਮਾਤਮਾ ਦੀ ਕਸਮ ਮੇਲੇ ਦੇ ਖੜਾ ਤੇਰੀ ਗੱਲ ਨੂੰ ਇੱਥੇ ਖੜਾ ਇੱਥੇ ਖੜਾ ਹੁਣ ਗੱਲ ਦੱਸ ਇਹਨਾਂ ਨੂੰ ਕੀ ਕਰ ਲਾਂਗੇ ਠੀਕ ਹੈ ਗੱਲ ਮਾਲ ਕਿਹੜਾ ਲਵੇ ਆ ਜਾ ਭਾਈ ਆ ਜਾ ਨਵੀਂ ਭਾਈ ਦੂਆ ਭਾਈ ਨਾ ਕੋਈ ਬੋਲਿਓ ਇਹਦੀ ਆ ਮੇਰੀ ਜਿਹੜੀ ਹੋਣੀ ਹੈ ਆਹੋ ਤੁਸੀਂ ਕੀ ਅਗਲੇ ਦੀ ਆ ਦੇਵੇ ਨਾ ਦੇਵੇ ਸਾਨੂੰ ਕਈ ਵਾਰੀ ਕਮੈਂਟ ਬਾਹਰੋਂ ਆਉਂਦੇ ਨੇ ਕੈਨੇਡਾ ਅਮਰੀਕਾ ਚੋਂ ਉਹਨਾਂ ਦੇ ਵੀ ਭਾਈ ਰਾਜੂ ਤੂੰ ਮਾਲਕ ਨਾਲ ਜਿਦਿਆ ਕਰ ਲੋਕ ਉਹੀ ਹੁਰ ਹਲਾ ਹੋਏ ਹਲਾ ਹੋਏ ਹਲੇ ਹੋਏ ਛੜਤਾ ਹੋਏ ਇਹ ਉਹ ਗੱਲ ਦੀ ਸਾਨੂੰ ਸਮਝ ਨਹੀਂ ਆਉਂਦੀ ਹਾਂ ਇਹ ਗੱਲ ਵੀ ਸਾਡੇ ਕੁਛ ਪੱਲੇ ਦੱਲੇ ਤਾਂ ਪਵੇ ਗੱਲ ਵੀ ਇੱਕ ਬੱਕਰੇ ਦੀ ਸਾਨੂੰ ਪਸ਼ੂ ਬੱਕਰੀ ਆ ਬੱਕਰਾ ਉਹਦੀ ਸਾਨੂੰ ਵਧੀਆ ਫੋਟੋ ਆਉਣੀ ਚਾਹੀਦੀ ਕਹਿੰਦਾ ਲੋਕ ਉਹ ਜਾਂਦੇ ਨੇ ਉੱਤੇ ਢੇਰੀ ਸਾਨੂੰ ਦਿਖਦਾ ਕੁਛ ਵੀ ਨਹੀਂ ਗੱਲ ਵੀ ਉਹਨਾਂ ਦੀ ਖਰੀ ਆ ਵੀ ਤਾਂ ਹੱਥ ਬੰਨ ਕੇ ਮੇਰੀ ਬੇਨਤੀ ਆ ਗੁੱਸਾ ਨਾ ਕਰਿਓ ਮੇਰੇ ਭਾਈ ਹੋ ਤੁਸੀਂ ਕੋਈ ਬਾਤ ਹੈ ਕੋਈ ਤਾਇਆ ਕੋਈ ਗੁੱਸਾ ਨਹੀਂ ਵੀ ਮਾੜੇ ਮਾੜੇ ਖੁੱਲਾ ਜਿਹਾ ਖੜਾ ਕਰਨਾ ਮੈਂ ਤਾਂ ਕਹੀ ਜਾਂਦਾ ਹਾਂ ਬੜਾ ਵਧੀਆ ਫੋਟੋ ਆਵੇ ਹੋਰ ਗੱਲ ਕਿੱਡੀ ਗਾ ਇਹੀ ਗੱਲ ਛੋਟੀ ਹੋਏ ਬਸ ਬਸ ਲਿਆਓ ਜੀ ਇੱਥੇ ਬੱਕਰਾ ਲਿਆਓ ਸਾਈ ਕਦੋਂ ਜੀ ਮੈਨੂੰ ਸਾਈ ਕਦੋਂ ਜੀ ਰਾਜੂ ਝੋਟੇ ਜੱਡਾ ਬੱਕਰਾ ਪੂਰਾ ਕਾਲਾ ਜੱਡ ਬਲੈਕ ਸਾਈ ਬੱਕਰਾ ਯਾਰ ਕਮੇ ਕੱਢਾ ਮੈਂ ਲਵਾਂ ਕਰਦੇ ਤਾਂ ਕਿਹੜਾ ਧੱਕਾ ਨਹੀਂ ਯਾਰ ਮੇਰੇ ਵੀ ਕੱਢਦਾ ਯਾਰ ਕੱਢ ਚੱਕ ਦੇ ਫੱਟੇ ਤੂੰ ਕਰ ਲੈ ਆਪਣੇ ਦੇ ਹਾਂ ਅਬੇ ਸੌਦਾ ਵੀ ਹੁਣ ਪੱਕਾ ਹੋ ਜਾਏ ਸਾਈ ਤੂੰ ਕੱਢੇਗਾ ਚੱਲ ਦੇਖਦੇ ਆ ਜੇ ਹੋਰ ਮਿਲੇ ਇਹਦਾ ਬਾਈ ਜੀ ਆਵਾਜ਼ ਜਲਦੀ ਆ ਹਾਂਜੀ ਇੱਥੇ ਦਾ ਹੁਣ ਜਾਣਾ ਨਹੀਂ ਉੱਥੇ ਜਾਣਾ ਪਰ ਧੋ ਦੂਗਾ ਧੋਣੇ ਤੁਹਾਨੂੰ ਮੈਂ ਦੱਸਦਾ 2000 ਵਾਲਾ ਨੋਟ ਇਹ ਪਤਾ ਨਹੀਂ ਕਾਦੇ ਵਾਲਾ ਇਹ ਡਾਲਰ ਵਿੱਚ ਗੱਲ ਕਰਦਾ ਇਹਦਾ ਡਾਲਰ ਆਣਾ ਪਾਵਲ ਕਬੜੀਆਂ ਮੈਂ ਥੋੜਾ ਸੇਵਾਦਾਰ ਹਾਂ ਬੋਲਾ ਜਿਹਾ ਬੰਦਾ ਮੈਂ ਵੀ ਸਰਦਾਰ ਵੇਚਣਾ ਲੈ ਮੁੱਲ ਜਾਇਜ਼ ਕਰੀ
ਤੁਸੀਂ ਆਪ ਹੀ ਲਾ ਦੋ ਜਿੰਨੇ ਨਾ ਨਾ ਪੈਰ ਪੈਰੀ ਆ ਬਾਈ ਮੈਂ ਤਾਂ ਤੈਨੂੰ ਜਾਣਦਾ ਵੀ ਨਹੀਂ ਕਿਹੜੇ ਪਿੰਡ ਦੇ ਤੂੰ ਇਮਾਨਦਾਰੀ ਦੀ ਗੱਲ ਤਾਂ ਮੈਂ ਤਾਂ ਜਾਣਦਾ ਵੀ ਨਹੀਂ ਵਿਚਾਰੇ ਨੂੰ ਬਾਈ ਨੂੰ ਦੋ ਲੱਖ ਰੁਪਈਆ ਬਾਈ ਜੀ ਘੱਟ ਵੱਧ ਜਮਾ ਨੀ ਦੋ ਲੱਖ ਬਾਬੂ ਜੀ ਦੋ ਲੱਖ ਮੰਗਦਾ ਮੈਂ ਕੀ ਸਮਝਾਵਾਂ ਅਗਲੇ ਦੀ ਚੀਜ਼ ਆ ਤੇ 4 ਲੱਖ ਮੰਗੇ ਮੰਗੇ ਦੱਸ ਇਹਦੇ ਚ ਕੀ ਗੁੱਸਾ ਦਾਗ ਲੈ ਕੇ ਗੈਲ ਪੈ ਜੂ ਕੰਠੇ ਵਾਲਾ ਮੁੰਡਾ ਹੈ ਅੱਛਾ ਉਹਦੇ ਕੰਠਾ ਪਾਈ ਖੜਾ 4 ਲੱਖ ਦਾ ਨਾ ਕੰਠਾ ਪਾਈ ਫਿਰਦਾ ਪੰਜਾਹ ਲਾਓ ਗੁੱਸਾ ਥੋੜਾ ਰੁਪਈਆ ਤਾਂ ਰੁਪਈਏ ਜੀ ਚੱਲਣਾ ਬਾਈ ਮੀਆਂ ਪੈਰ ਤੇ ਮਿਲਣਾ ਨੀ ਰੁਪਈਆ ਰੁਪਈਏ ਜੀ ₹10,000 ਛੱਡ ਦੇ ਹੁਣ ਦੱਸ ਕਰਾਂ ਕੁਛ ਤੇਰੀ ਜਿੰਦ ਜਾਨ ਹੈਗੀ ਜਿੰਦ ਜਾਨ ਤਾਂ ਤੁਸੀਂ ਵੱਡੇ ਚੱਕ ਕੇ ਮੁਕਾ ਲੈਣੀ ਇਹ ਮੱਥਾ ਤਾਂ ਲਾਲ ਹੈ ਬੰਦੇ ਦਾ ਜਾਨ ਤਾਂ ਪੂਰੀ ਹੈ ਪੂਰੀ ਆ ਮੱਥਾ ਲਾਲ ਹੈ ਤੇ ਵਧੀਆ ਦਾ ਹਾਲ ਹੈ ਆਹੋ ਹਾਂ ਕੁਰਤਾ ਪਜਾਮਾ ਨਹੀਂ ਪਾਇਆ ਜਰਾ ਜਲਦ ਟੀ-ਸ਼ਰਟ ਪੈਂਟ ਚ ਆ ਗਿਆ ਬਸ ਇੰਨਾ ਕਰ ਫਰਕ ਹੈ ਨਾ ਵਧੀਆ ਹੈ ਅੱਛਾ ਤੇ ਠੀਕ ਲੱਗ ਰਿਹਾ ਤਾਂ ਕੋਈ ਗੱਲ ਮੇਰੀ ਸੁਣ ਗੱਲ ਦੱਸੋ ₹80,000 ਦਾ ਸੀ ਬੱਕਰਾ ਸਾਰੀਆਂ ਗੱਲਾਂ ਛੱਡ ਨਹੀਂ ਬਾਈ ਹੈ ਹੋਰ ਕਿਵੇਂ ਲੱਖ ਰੁਪਏ ਦਾ ਛੋਲੇ ਹੀ ਖਾ ਗਿਆ ਮੇਰੇ ਇਹ ਛੋਲੇ ਤਾਂ ਖਾਊਗਾ ਹੀ ਵਿਚਾਰਾ ਕਾਲਿਆਂ ਦੀ ਬੋਰੀ ਦੇ ਦਿੰਦੇ ਆ ਬੱਕਰਾ ਲੈ ਜਾਂਦੇ ਆ ਛੋਲੇ ਦਾ ਵੱਧੂ ਪਏ ਆ ਆਪਾਂ ਕਿਹੜਾ ਰੋਟੀ ਨਹੀਂ ਖਾਂਦੇ ਛੋਲੇ ਤਾਂ ਛੋਲੇ ਹੀ ਖਾ ਗਿਆ ਬਾਈ ਆਪਾਂ ਕਿਹੜਾ ਰੋਟੀ ਨਹੀਂ ਖਾਂਦੇ ਤਾਂ ਖਾਊਗਾ ਹੀ ਵਿਚਾਰਾ ਭੁੱਖਾ ਤਾਂ ਰੱਖਿਆ ਨਹੀਂ ਜਾਂਦਾ ਬਾਈ ਕਹਿੰਦਾ ਲੱਖ ਰੁਪਏ ਛੋਲੇ ਸਰ ਮੈਂ ਦੱਸਦਾ ਵੀ 10,000 ਛੱਡ ਦਿਆ 10 ਹੋਰ ਛੱਡਤਾ ਜੀ 81 ਤੇ ਆ ਗਿਆ 90 ਤੇ 90 ਤੇ ਆ ਗਿਆ ਕੋਈ ਗੱਲ ਨਹੀਂ ਤਾਂ ਕਰ ਲਾਂਗੇ ਲੋਟੇ ਨੂੰ ਹਾਂ ਜੀ ਨਾ ਫਿਰ ਉੱਪਰ ਹੋ ਗਿਆ ਕੰਮ ਵਾਧੂ ਆ ਯਾਰ ਮੈਂ ਦਿੰਦਾ ਸੀ ਲੱਖ ਤੇਰੇ ਪਿੱਛੇ ਲਾਤਾ ਉਹ ਮੇਰੇ ਪਿੱਛੇ ਲਾਤਾ ਹੋਰ ਵਧਾਤਾ ਭੈਣੇ ਇੱਕ ਹੋਰ ਇਹ ਬੱਕਰਾ ਲੱਖ ਦਾ ਹੈਗਾ ਬਾਈ ਜੀ ਖੜਾ ਦੱਸਦਾ ਹੈ ਜਾਨਵਰ ਦੱਸ ਰਿਹਾ ਜਿੰਦ ਜਾਨ ਹੈ ਕਿੰਨੇ ਬੰਦੇ ਕੋਈ ਵੀ ਬੰਦਾ ਕਹਿੰਦੇ ਵੀ ਆਹ ਕੋਈ ਚ ਕਮੀ ਨਹੀਂ ਕਮੀ ਨਹੀਂ ਚਾਰੇ ਬਸ ਹੋਏ ਓਕੇ ਆ ਬੱਕਰਾ ਆਏ ਦੇ ਹਾਂ ਦੇਖ ਲੈ ਜੇ ਕੁਛ ਹੋਰ ਰਹਿ ਰਿਕਾਰਡ 20,000 ਦੇ ਤਾਂ ਬੱਚੇ ਜੰਮਦੇ ਚੱਕੇ ਆ ਬਾਈ ਇਹਦੇ ਨਹੀਂ ਆ ਕਰਨਾ ਸਲਾਹ ਕਰਨ ਯਾਰ ਨੇ ਜੈਡ ਬਲੈਕ ਬੱਕਰਾ ਦੇਖ ਸਕਦੇ ਹੋ ਹਾਈਟ ਹੋ ਗਈ 45 ਤੋਂ ਬਾਹਰ ਹੈ ਬੱਕਰਾ ਹਾਈਟ ਦੇ ਪੱਖੋਂ ਤੇ ਲੰਬਾਈ ਹੋ ਗਈ 55 ਇੰਚ ਤੋਂ ਬਾਹਰ ਬਹੁਤ ਹੀ ਲੰਬਾ ਉਂਝਾ ਬੱਕਰਾ ਕਾਲੇ ਕਿਤੇ ਮੇਲੇ ਚ ਦੇਖਦੇ ਆ ਰਾਜੂ ਜੜਕੜਾ ਵਿੱਚ ਹੈ 1,00,000 ਰੁਪਇਆ ਬੱਕਰੇ ਦੇ ਉੱਪਰ ਲਾ ਤਾ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਤਕੜਾ ਸੌ
17 ਫੁੱਟ ਦੀ ਹੈ ਬੱਕਰੇ ਦੀ ਟਰੱਕ ਜਿਹੜਾ ਬੱਕਰਾ ਇੱਕ ਬੰਦ ਨੇ ਆਪਣਾ ਬਜਟ ਦੇਖਣਾ ਠੀਕ ਹੈ ਬਾਈ, 1,20,000 ਥੋੜੇ ਦਿੰਦੇ ਨਾ ਨਾ ਠੀਕ ਹੈ ਭੱਜ ਗਿਆ ਘਰ ਖਾਂਦਾ ਬੱਚੇ ਵੇਖਦੇ ਆ ਕਿਉਂ ਜਿੰਨਾ ਗੁੜ ਪਾਏ ਨਾ ਓਨਾ ਹੀ ਮਿੱਠਾ ₹1,20,000 ਲੱਗੇ ਫੇਰ।